ਜੰਮੂ ਕਸ਼ਮੀਰ ਵਿੱਚ ਫੌਜ ਦਾ ELH ਥਰੂ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ ਇਹ ਦੁਰਘਟਨਾ ਕਸ਼ਤਵਾਰ ਵਿੱਚ ਹੋਈ ਹੈ ਹੁਣ ਤੱਕ ਪ੍ਰਾਪਤ ਹੋਈਆਂ ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਕਰੂ ਮੈਂਬਰ ਸੁਰੱਖਿਅਤ ਨਹੀਂ ਪਰ ਜ਼ਖਮੀਆਂ ਨੂੰ ਕਟਨਾ ਦੇ ਨੇੜਲੇ ਹਸਪਤਾਲ ਵਿੱਚ ਲਿਜਾ ਚਾਇਆ ਗਿਆ ਹੈ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਸਿਰਫ ਇਹੀ ਜਾਣਕਾਰੀ ਆਈ ਹੈ